ਬੱਚਿਆਂ ਨੂੰ ਗੁਰਾਮਪੁਰੇ ਤੋਂ ਬੱਚੇ ਲੈ ਕੇ ਘਰ ਜਾ ਰਿਹਾ ਸੀਗਾ। ਨਹਿਰ ਦੇ ਤਕਰੀਬਨ 1 ਕਿੱਲਾ ਪਿੱਛੇ ਸੀਗਾ ਤੇ ਅੱਗੋਂ ਪਿਕਅਪ ਆ ਰਹੀ ਸੀ, ਪਿਕਅਪ ਆਊਟ ਸਾਈਡ ਆ ਰਹੀ ਸੀ, ਮੇਰੇ ਸਾਈਡ ਮੇਰਾ ਜਾਣ ਦਾ ਉਰਲੀ ਸਾਈਡ ਸੀ, ਉਹਨੇ ਪਿਕਅਪ ਉਹ ਸਾਈਡ ਕਰਤੀ। ਮੈਂ ਮੋਟਰਸਾਈਕਲ ਥੱਲੇ ਉਤਾਰਤਾ, ਪਿਕਅਪ ਬਹੁਤ ਤੇਜ਼ ਸੀ, ਉਹਨੇ ਸਾਨੂੰ ਦੇਖਦਾ ਥੱਲੇ ਉਡਾਤਾ ਜੀ। ਆਸ ਜੀ ਮੇਰੇ ਤੇ ਬੱਚੇ ਗਏ। ਤਿੰਨੋਂ ਕੁੜੀਆਂ ਸੀਗੀਆਂ। ਟਾਣੀ ਖਰਾਸ ਵਾਲੀ ਰੋਡ ਰੋਡ ਕੀ ਗੱਲ ਹੋਈ ਹੈ, ਪੂਰੀ ਗੱਲ ਦੱਸਿਓ। ਗੱਲ ਵੀਰ ਜੀ ਇਹ ਕਿ ਮੈਂ ਬੱਚਿਆਂ ਨੂੰ ਗੁਰਾਮਪੁਰੇ ਤੋਂ ਬੱਚੇ ਲੈ ਕੇ ਘਰ ਜਾ ਰਿਹਾ ਸੀਗਾ ਤੇ ਬਸ ਜਦੋਂ ਮੈਂ ਨਹਿਰ ਦੇ ਤਕਰੀਬਨ 1 ਕਿੱਲਾ ਪਿੱਛੇ ਸੀਗਾ ਤੇ ਅੱਗੋਂ ਪਿਕਅਪ ਆ ਰਹੀ ਸੀ, ਪਿਕਅਪ ਆਊਟ ਸਾਈਡ ਆ ਰਹੀ ਸੀ, ਮੇਰੇ ਸਾਈਡ ਮੇਰਾ ਜਾਣ ਦਾ ਉਰਲੀ ਸਾਈਡ ਸੀ, ਉਹਨੇ ਪਿਕਅਪ ਉਹ ਸਾਈਡ ਕਰਤੀ। ਮੈਂ ਬਿਲਕੁਲ ਸਾਈਡ ਦੱਸੀ ਆ ਜੀ, ਸਾਈਡ ਦੱਸੀ। ਮੈਂ ਮੋਟਰਸਾਈਕਲ ਥੱਲੇ ਉਤਾਰਤਾ, ਪਿਕਅਪ ਬਹੁਤ ਤੇਜ਼ ਸੀ, ਉਹਨੇ ਸਾਨੂੰ ਦੇਖਦਾ ਥੱਲੇ ਉਡਾ ਦਿੱਤਾ ਜੀ, ਪਿਛਲਾ ਹਿੱਸਾ ਜੀ। ਆਸ ਜੀ ਮੇਰੇ ਤੇ ਬੱਚੇ ਗਏ। ਤਿੰਨੋਂ ਕੁੜੀਆਂ ਸੀਗੀਆਂ। ਲੈ ਕੇ ਕਿੱਥੋਂ ਆ ਰਹੇ ਸੀ ਤੁਸੀਂ? ਰਾਮਪੁਰੇ ਤੋਂ। ਉੱਥੇ ਕੀ ਕਰਨ ਗਏ ਸੀਗੇ ਬੱਚੇ? ਨਾਨਕਿਆਂ ਤੇ ਗਏ ਸੀ। ਤੁਸੀਂ ਕੀ ਚਾਹੁੰਦੇ ਹੋ, ਕੀ ਕਾਰਵਾਈ ਮੰਗ ਕਰਦੇ ਹੋ? ਪਿਕਅਪ ਵਾਲੇ ਤੇ ਕਾਰਵਾਈ ਕੀਤੀ ਜਾਵੇ ਜੀ। ਉਹ ਆਇਆ ਕਿ ਭੱਜ ਗਿਆ? ਉਹ ਮੌਕੇ ਤੇ ਦੋਸਤ ਡੈਬ ਦਾ ਫਰਾਰ ਹੋ ਗਿਆ ਸੀ। ਸਰ ਇਹ ਰਾਤ ਨੂੰ ਮੇਰਾ ਵੀਰਾ ਜਾ ਰਿਹਾ ਸੀ ਤੇ ਘਰ ਨੂੰ ਤੇ ਬੱਚੇ ਲੈ ਕੇ ਆਪਦੇ ਨਾਨਕਿਆਂ ਤੋਂ, ਮਗਰੋਂ ਪਿਕਅਪ ਵਾਲਾ ਆਇਆ ਜੀ, ਉਹਨੇ ਜਾ ਕੇ ਇਹਨਾਂ ਨੂੰ ਟੱਕਰ ਮਾਰੀ ਤੇ ਇਸ ਤੋਂ ਬਾਅਦ ਅਸੀਂ ਹਸਪਤਾਲ ਲੈ ਕੇ ਆਏ ਹਾਂ ਔਰ ਇਹਨਾਂ ਨੇ ਬੱਚਿਆਂ ਨੂੰ ਉੱਧਰ ਰੈਫਰ ਕਰਤਾ ਜੀ ਫਰੀਦਕੋਟ ਜੀ। ਇਹ ਡੈਡ ਬੋਡੀ ਫਰੀਦਕੋਟ ਲੈ ਕੇ ਆਏ ਜੀ। ਕਿੰਨੇ ਬੱਚੇ? ਇਹਦੇ 'ਚ ਇੱਕ ਬੱਚਾ ਜੀ, ਇੱਕ ਬੱਚਾ ਪਿੱਛੇ ਹੋਰ ਆ ਰਿਹਾ ਜੀ, ਤਿੰਨ ਬੱਚੇ ਟੋਟਲ, ਇੱਕ ਪਹਿਲਾਂ ਤੇ ਐਕਸਪਾਇਰ ਹੋ ਗਿਆ ਸੀ ਜੀ। ਰੈਫਰ ਜੋ ਕੀਤੇ ਗਏ ਸੀ? ਹਾਂਜੀ, ਦੋ ਬੱਚੇ ਸੀ। ਤਿੰਨਾਂ ਬੱਚਿਆਂ ਦੀ ਡੈਥ ਹੋ ਗਈ? ਹਾਂਜੀ, ਤਿੰਨ ਤਿੰਨ ਬੱਚੇ ਆਏ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ, ਉਹਨਾਂ 'ਚ ਇੱਕ ਬਲੱਡ ਡੈਡ ਸੀ, ਦੋ ਸੀਰੀਅਸ ਸੀ, ਰੈਫਰ ਕੀਤੇ ਗਏ ਸੀ। ਖਰਾਸ ਵਾਲੀ ਢਾਣੀ ਦੇ ਸੀ ਦੋਨੋਂ, ਕੋਈ ਐਕਸੀਡੈਂਟ ਹੋਇਆ ਸੀ, ਇੱਕ ਤਾਂ ਬਲੱਡ ਡੈਡ ਸੀ, ਦੋ ਸੀਰੀਅਸ ਸੀ, ਚੋਟ ਕਾਫੀ ਜ਼ਿਆਦਾ ਸੀ, ਇੱਕ ਦੀ ਲੱਤ ਟੁੱਟੀ ਹੋਈ ਸੀ, ਇੱਕ ਦੀ ਕਾਫੀ ਸੀਵੀਅਰ ਇੰਜਰੀ ਸੀ। ਅਸੀਂ ਰਾਤੀ ਇਨਫੋਰਮੇਸ਼ਨ ਕਰਤੀ ਸੀ ਪੁਲਿਸ ਨੂੰ, ਅੱਗੇ ਪੁਲਿਸ ਦੀ ਕਾਰਵਾਈ ਹੁੰਦੀ ਰਹੇਗੀ। ਟਾਣੀ ਖਰਾਸ ਵਾਲੀ ਰੋਡ ਰੋਡ ਕੀ ਗੱਲ ਹੋਈ ਹੈ, ਪੂਰੀ ਗੱਲ ਦੱਸਿਓ। ਗੱਲ ਵੀਰ ਜੀ ਇਹ ਕਿ ਮੈਂ ਬੱਚਿਆਂ ਨੂੰ ਗੁਰਾਮਪੁਰੇ ਤੋਂ ਬੱਚੇ ਲੈ ਕੇ ਘਰ ਜਾ ਰਿਹਾ ਸੀਗਾ ਤੇ ਬਸ ਜਦੋਂ ਮੈਂ ਨਹਿਰ ਦੇ ਤਕਰੀਬਨ 1 ਕਿੱਲਾ ਪਿੱਛੇ ਸੀਗਾ ਤੇ ਅੱਗੋਂ ਪਿਕਅਪ ਆ ਰਹੀ ਸੀ, ਪਿਕਅਪ ਆਊਟ ਸਾਈਡ ਆ ਰਹੀ ਸੀ, ਮੇਰੇ ਸਾਈਡ ਮੇਰਾ ਜਾਣ ਦਾ ਉਰਲੀ ਸਾਈਡ ਸੀ, ਉਹਨੇ ਪਿਕਅਪ ਉਹ ਸਾਈਡ ਕਰਤੀ। ਮੈਂ ਬਿਲਕੁਲ ਸਾਈਡ ਦੱਸੀ ਆ ਜੀ, ਸਾਈਡ ਦੱਸੀ। ਮੈਂ ਮੋਟਰਸਾਈਕਲ ਥੱਲੇ ਉਤਾਰਤਾ, ਪਿਕਅਪ ਬਹੁਤ ਤੇਜ਼ ਸੀ, ਉਹਨੇ ਸਾਨੂੰ ਦੇਖਦਾ ਥੱਲੇ ਉਡਾ ਦਿੱਤਾ ਜੀ, ਪਿਛਲਾ ਹਿੱਸਾ ਜੀ। ਆਸ ਜੀ ਮੇਰੇ ਤੇ ਬੱਚੇ ਗਏ। ਤਿੰਨੋਂ ਕੁੜੀਆਂ ਸੀਗੀਆਂ। ਲੈ ਕੇ ਕਿੱਥੋਂ ਆ ਰਹੇ ਸੀ ਤੁਸੀਂ? ਰਾਮਪੁਰੇ ਤੋਂ। ਉੱਥੇ ਕੀ ਕਰਨ ਗਏ ਸੀਗੇ ਬੱਚੇ? ਨਾਨਕਿਆਂ ਤੇ ਗਏ ਸੀ। ਤੁਸੀਂ ਕੀ ਚਾਹੁੰਦੇ ਹੋ, ਕੀ ਕਾਰਵਾਈ ਮੰਗ ਕਰਦੇ ਹੋ? ਪਿਕਅਪ ਵਾਲੇ ਤੇ ਕਾਰਵਾਈ ਕੀਤੀ ਜਾਵੇ ਜੀ। ਉਹ ਆਇਆ ਕਿ ਭੱਜ ਗਿਆ? ਉਹ ਮੌਕੇ ਤੇ ਦੋਸਤ ਡੈਬ ਦਾ ਫਰਾਰ ਹੋ ਗਿਆ ਸੀ। ਸਰ ਇਹ ਰਾਤ ਨੂੰ ਮੇਰਾ ਵੀਰਾ ਜਾ ਰਿਹਾ ਸੀ ਤੇ ਘਰ ਨੂੰ ਤੇ ਬੱਚੇ ਲੈ ਕੇ ਆਪਦੇ ਨਾਨਕਿਆਂ ਤੋਂ, ਮਗਰੋਂ ਪਿਕਅਪ ਵਾਲਾ ਆਇਆ ਜੀ, ਉਹਨੇ ਜਾ ਕੇ ਇਹਨਾਂ ਨੂੰ ਟੱਕਰ ਮਾਰੀ ਤੇ ਇਸ ਤੋਂ ਬਾਅਦ ਅਸੀਂ ਹਸਪਤਾਲ ਲੈ ਕੇ ਆਏ ਹਾਂ ਔਰ ਇਹਨਾਂ ਨੇ ਬੱਚਿਆਂ ਨੂੰ ਉੱਧਰ ਰੈਫਰ ਕਰਤਾ ਜੀ ਫਰੀਦਕੋਟ ਜੀ। ਇਹ ਡੈਡ ਬੋਡੀ ਫਰੀਦਕੋਟ ਲੈ ਕੇ ਆਏ ਜੀ। ਕਿੰਨੇ ਬੱਚੇ? ਇਹਦੇ 'ਚ ਇੱਕ ਬੱਚਾ ਜੀ, ਇੱਕ ਬੱਚਾ ਪਿੱਛੇ ਹੋਰ ਆ ਰਿਹਾ ਜੀ, ਤਿੰਨ ਬੱਚੇ ਟੋਟਲ, ਇੱਕ ਪਹਿਲਾਂ ਤੇ ਐਕਸਪਾਇਰ ਹੋ ਗਿਆ ਸੀ ਜੀ। ਰੈਫਰ ਜੋ ਕੀਤੇ ਗਏ ਸੀ? ਹਾਂਜੀ, ਦੋ ਬੱਚੇ ਸੀ। ਤਿੰਨਾਂ ਬੱਚਿਆਂ ਦੀ ਡੈਥ ਹੋ ਗਈ? ਹਾਂਜੀ, ਤਿੰਨ ਤਿੰਨ ਬੱਚੇ ਆਏ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ, ਉਹਨਾਂ 'ਚ ਇੱਕ ਬਲੱਡ ਡੈਡ ਸੀ, ਦੋ ਸੀਰੀਅਸ ਸੀ, ਰੈਫਰ ਕੀਤੇ ਗਏ ਸੀ। ਖਰਾਸ ਵਾਲੀ ਢਾਣੀ ਦੇ ਸੀ ਦੋਨੋਂ, ਕੋਈ ਐਕਸੀਡੈਂਟ ਹੋਇਆ ਸੀ, ਇੱਕ ਤਾਂ ਬਲੱਡ ਡੈਡ ਸੀ, ਦੋ ਸੀਰੀਅਸ ਸੀ, ਚੋਟ ਕਾਫੀ ਜ਼ਿਆਦਾ ਸੀ, ਇੱਕ ਦੀ ਲੱਤ ਟੁੱਟੀ ਹੋਈ ਸੀ, ਇੱਕ ਦੀ ਕਾਫੀ ਸੀਵੀਅਰ ਇੰਜਰੀ ਸੀ। ਅਸੀਂ ਰਾਤੀ ਇਨਫੋਰਮੇਸ਼ਨ ਕਰਤੀ ਸੀ ਪੁਲਿਸ ਨੂੰ, ਅੱਗੇ ਪੁਲਿਸ ਦੀ ਕਾਰਵਾਈ ਹੁੰਦੀ ਰਹੇਗੀ।